ਹਾਂਜੀ ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਤਾਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਸਟੱਡੀ ਚੈਨਲ ਮੀਤ ਸਰ ਮੈਥਸ ਦੇ ਉੱਪਰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਤੁਹਾਡੀ ਪੜ੍ਹਾਈ ਵਧੀਆ ਚੱਲਦੀ ਹੋਏਗੀ। ਅੱਜ ਅਸੀਂ 7th ਕਲਾਸ ਦੇ ਲਈ ਸਾਇੰਸ ਸਬਜੈਕਟ ਦੀ ਜੋ ਤੀਜੀ ਪ੍ਰੈਕਟਿਸ ਸ਼ੀਟ ਆਈ ਹੈ ਉਸਨੂੰ ਹੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਹਾਂਜੀ ਚਲਦੇ ਹਾਂ ਕੁਐਸਚਨਸ ਦੇ ਅੱਗੇ ਜਾਣ ਤੋਂ ਪਹਿਲਾਂ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨਸ 'ਤੇ ਟੈਪ ਕਰ ਦਿਓ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਤੱਕ ਪਹੁੰਚਦੇ ਰਹਿਣ। ਆ ਜਾਂਦੇ ਹਾਂ ਪਹਿਲੇ ਕੁਐਸਚਨ 'ਤੇ। ਹੇਠਾਂ ਦਿੱਤੇ ਵਿੱਚੋਂ ਕਿਹੜੇ ਖੂਨ ਦੇ ਹਿੱਸੇ ਹਨ? ਪਲਾਜ਼ਮਾ, ਪਲੇਟਲੈਟਸ ਅਤੇ ਲਾਲ ਖੂਨ ਦੇ ਸੈੱਲ। ਦੂਜਾ ਹੈ, ਖੂਨ ਵਿੱਚ ਪਲੇਟਲੈਟਸ ਦੀ ਕੀ ਭੂਮਿਕਾ ਹੈ? ਖੂਨ ਦੇ ਜੰਮਣ ਵਿੱਚ ਮਦਦ ਕਰਨਾ। ਅੱਗੇ ਹੈ ਜੀ, ਖੂਨ ਦਾ ਰੰਗ ਲਾਲ ਕਿਸ ਕਾਰਨ ਹੁੰਦਾ ਹੈ? ਹੀਮੋਗਲੋਬਿਨ ਦੇ ਕਰਕੇ। ਚੌਥਾ ਪ੍ਰਸ਼ਨ ਹੈ, ਆਕਸੀਜਨ ਭਰਪੂਰ ਖੂਨ ਨੂੰ ਫੇਫੜਿਆਂ 'ਚੋਂ ਦਿਲ ਤੱਕ ਪਹੁੰਚਾਉਣ ਲਈ ਹੇਲਿਕਾ ਵਿੱਚੋਂ ਕਿਹੜਾ ਜ਼ਿੰਮੇਵਾਰ ਹੈ? ਫੇਫੜਾ, ਸ਼ਿਰਾਵਾਂ। ਲਾਲ ਲਹੂ ਸੈੱਲ ਦੇ ਕਿਹੜੇ ਹਿੱਸੇ ਵਿੱਚ ਹੀਮੋਗਲੋਬਿਨ ਹੁੰਦਾ ਹੈ? ਸਾਈਟੋਪਲਾਜ਼ਮ ਵਿੱਚ। ਅੱਗੇ, ਮਨੁੱਖੀ ਦਿਲ ਕਿੰਨੇ ਖਾਨਿਆਂ ਵਿੱਚ ਵੰਡਿਆ ਹੋਇਆ ਹੈ? 4 ਖਾਨਿਆਂ ਵਿੱਚ। ਨੈਕਸਟ ਹੈ ਜੀ, ਦਿਲ ਵਿੱਚ ਮੌਜੂਦ ਵਾਲਵ ਦਾ ਕੀ ਕੰਮ ਹੈ? ਲਹੂ ਨੂੰ ਕੇਵਲ ਇੱਕ ਦਿਸ਼ਾ ਵੱਲ ਜਾਣ ਦੇਣਾ, ਲਹੂ ਨੂੰ ਪਿੱਛੇ ਵੱਲ ਪਰਤਣ ਤੋਂ ਰੋਕਣਾ। ਇਹ ਦੋਨੋਂ ਕੰਮ ਕਰਦਾ ਹੈ ਜੀ ਵਾਲਵ, ਸੋ 1 ਅਤੇ 2 ਦੋਨੋਂ, ਯਾਨੀ ਤੀਜੀ ਆਪਸ਼ਨ ਸਹੀ ਆਪਸ਼ਨ ਹੈ। ਮਨੁੱਖੀ ਦਿਲ ਆਮ ਤੌਰ 'ਤੇ 1 ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ? 72 ਤੋਂ 80 ਵਾਰ। ਮਨੁੱਖੀ ਗੁਰਦੇ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ? ਰਾਜਮਾਂਹ ਵਰਗਾ। ਹਾਂਜੀ ਇੱਥੇ ਤੱਕ ਆਉਂਦੇ ਹਾਂ। ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੁਹਾਡੇ ਲਾਈਕਸ ਦੇ ਨਾਲ ਅਸੀਂ ਮੋਟੀਵੇਟ ਹੁੰਦੇ ਹਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬਣਾਉਂਦੇ ਰਹਿਣ ਦੇ ਲਈ, ਸੋ ਲਾਈਕ ਜ਼ਰੂਰ ਕਰ ਦਿਆ ਕਰੋ। ਅਗਲੇ ਕੁਐਸਚਨ 'ਤੇ ਆ ਜਾਂਦੇ ਹਾਂ। ਬਨਾਉਟੀ ਗੁਰਦੇ ਰਾਹੀਂ ਖੂਨ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਾਂ? ਉਹਨੂੰ ਕਹਿੰਦੇ ਆ ਜੀ ਡਾਇਲਸਿਸ। ਜਦੋਂ ਕਿਸੇ ਮਨੁੱਖ ਦੇ ਗੁਰਦੇ ਖਰਾਬ ਹੋ ਜਾਂਦੇ ਆ ਤਾਂ ਉਸਦਾ ਡਾਇਲਸਿਸ ਹੁੰਦਾ, ਸ਼ਾਇਦ ਤੁਸੀਂ ਇਹ ਸੁਣਿਆ ਹੋਵੇਗਾ। ਅੱਗੇ, ਪੌਦਿਆਂ ਵਿੱਚ ਪਦਾਰਥਾਂ ਦਾ ਪਰਿਵਹਨ ਦਾ ਮੁੱਖ ਕੰਮ ਹੈ? ਪਾਣੀ ਅਤੇ ਖਣਿਜ ਦਾ ਪਰਿਵਹਨ। ਪੱਤਿਆਂ ਵਿੱਚ ਤਿਆਰ ਭੋਜਨ ਪਦਾਰਥਾਂ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ? ਸਥਾਨਾਂਤਰਣ। ਨੈਕਸਟ ਹੈ ਜੀ, ਹੇਠਲੀਆਂ ਵਿੱਚੋਂ ਕਿਹੜੀਆਂ ਵਹਿਣੀਆਂ ਦੀਆਂ ਵਿਸ਼ੇਸ਼ਤਾਵਾਂ ਹਨ? ਇਹ ਮ੍ਰਿਤ ਸੈੱਲ ਹਨ। ਪ੍ਰਸਾਰਣ ਕੀ ਹੁੰਦਾ ਹੈ? ਪਾਣੀ ਘੱਟ ਸੰਘਣਤਾ ਤੋਂ ਵੱਧ ਸੰਘਣਤਾ ਵੱਲ ਜਾਂਦਾ ਹੈ। ਨੈਕਸਟ ਹੈ ਜੀ, ਪੌਦੇ ਸੈੱਲ ਦਾ ਕਿਹੜਾ ਭਾਗ ਪਰਿਵਹਨ ਲਈ ਜ਼ਿੰਮੇਵਾਰ ਹੁੰਦਾ ਹੈ? ਜੀ ਸੈੱਲ ਝਿੱਲੀ। ਹਾਂਜੀ, ਸੋ ਇਹ ਸੀ ਜੀ ਆਪਣੇ ਕੋਲ 7th ਕਲਾਸ ਦੇ ਸਾਇੰਸ ਦੇ ਸਬਜੈਕਟ ਦੀ ਤੀਜੀ ਪ੍ਰੈਕਟਿਸ ਸ਼ੀਟ ਦਾ ਹੱਲ। ਅਤੇ ਉਮੀਦ ਹੈ ਤੁਹਾਨੂੰ ਕੁਐਸਚਨ ਅਤੇ ਆਨਸਰ ਦਾ ਸਾਰਿਆਂ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਏਗਾ। ਫਿਰ ਵੀ ਕੋਈ ਡਾਊਟ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਕਿਵੇਂ ਦੀ ਲੱਗੀ ਵੀਡੀਓ, ਅਤੇ ਸ਼ੇਅਰ ਕਰਨਾ ਆਪਣੇ ਹੋਰ ਫਰੈਂਡਸ ਅਤੇ ਸਟੂਡੈਂਟਸ ਦੇ ਨਾਲ। ਹਾਂਜੀ, ਤੁਸੀਂ ਸਾਡਾ ਵਟਸਐਪ ਚੈਨਲ ਹੈ ਜਿਹੜਾ ਮੀਤ ਸਰ ਮੈਥਸ, ਜਾਂ ਫਿਰ ਟੈਲੀਗ੍ਰਾਮ 'ਤੇ ਵੀ ਸਾਨੂੰ ਜੁਆਇਨ ਕਰ ਸਕਦੇ ਹੋ ਮੀਤ ਸਰ ਮੈਥਸ ਗਰੁੱਪ 'ਤੇ। ਉੱਥੇ ਵੀ ਤੁਹਾਡੇ ਲਈ ਇਹਨਾਂ ਵੀਡੀਓਜ਼ ਦੇ ਲਿੰਕ ਜਿਹੜੇ ਆ ਉਹ ਅਵੇਲੇਬਲ ਕਰਾਉਂਦੇ ਰਹਿੰਦੇ ਆ। ਸੋ ਜਲਦ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਤੱਕ ਦੇ ਲਈ ਰੱਬ ਰੱਖਾ।